ਸ਼ਹੀਦ ਜੈਮਲ ਸਿੰਘ ਦੇਸ਼ ਤੋਂ ਕੁਰਬਾਨ ਹੋ ਗਏ। ਪੂਰਾ ਦੇਸ਼, ਪੂਰਾ ਮੁਲਕ ਸਿਜਦਾ ਕਰ ਰਿਹਾ ਉਸ ਸ਼ਹਾਦਤ ਨੂੰ। ਹਰ ਅੱਖ ਨਮ ਸੀ, ਹਰ ਅੱਖ ਦੇ ਵਿੱਚ ਹੰਝੂ ਸੀ ਸ਼ਹੀਦ ਜੈਮਲ ਸਿੰਘ ਦੀ ਵਿਦਾਇਗੀ ਵੇਲੇ। ਅੱਜ ਅੰਤਿਮ ਅਰਦਾਸ ਹੋਈ ਹੈ, ਪਰਿਵਾਰ ਹੈ ਨਾਲ, ਉਹਨਾਂ ਦੇ ਪਤਨੀ ਨੇ, ਸ਼ਹੀਦ ਜੈਮਲ ਸਿੰਘ ਦਾ ਬੇਟਾ ਹੈ ਛੋਟਾ, 5 ਸਾਲ ਦਾ, ਪੂਰਾ ਪਰਿਵਾਰ ਸਾਡੇ ਨਾਲ ਹੈ। ਸ਼ਹੀਦ ਜੈਮਲ ਸਿੰਘ ਦਾ ਘਾਟਾ ਕਦੇ ਪੂਰਾ ਨਹੀਂ ਹੋ ਸਕਦਾ, ਪਰ ਅੱਜ ਸਰਕਾਰ ਦੇ ਨੁਮਾਇੰਦੇ ਆਏ ਹੈ, ਕੁਝ ਪੈਸਿਆਂ ਦਾ ਐਲਾਨ ਉਹਨਾਂ ਨੇ ਜੋ ਕੀਤਾ ਸੀ, ਪੂਰੇ ਵੀ ਨਹੀਂ ਅੱਜ ਸਰਕਾਰ ਨੇ ਦਿੱਤੇ। ਤੁਸੀਂ ਸੰਤੁਸ਼ਟ ਹੋ ਜਾਂ ਫਿਰ ਕੋਈ ਗੁੱਸਾ ਗਿਲਾ? ਸਰ ਸਾਨੂੰ ਕੋਈ ਗੁੱਸਾ ਗਿਲਾ, ਪੈਸੇ ਦੀ ਕੋਈ ਜ਼ਰੂਰਤ ਨਹੀਂ ਹੈ ਸਾਨੂੰ, ਕੋਈ ਗੁੱਸਾ, ਜੋ ਆਪਣੀ ਮਰਜ਼ੀ ਸੁਣ ਕੇ ਇੱਛਾ ਠੀਕ, ਨਹੀਂ ਤਾਂ ਪੈਸੇ ਦੀ ਜ਼ਰੂਰਤ ਨਹੀਂ ਹੈ। ਕੀ ਸੁਪਨਾ ਸੀਗਾ? ਅਖਬਾਰਾਂ ਦੇ ਵਿੱਚ ਵੀ ਲਿਖਿਆ ਗਿਆ, ਗੱਲਾਂ ਹੁੰਦੀਆਂ ਕਿ ਸ਼ਹੀਦ ਜੈਮਲ ਸਿੰਘ ਚਾਹੁੰਦੇ ਸੀ ਕਿ ਬੇਟੇ ਨੂੰ ਮੈਂ ਚੰਡੀਗੜ੍ਹ ਪੜ੍ਹਾਵਾਂ। ਹਾਂਜੀ ਜੀ ਸਰ, ਉਹ ਮਾਰਾ ਸੁਪਨਾ ਹੈ, ਹਮ ਪੂਰਾ ਕਰੇਂਗੇ, ਲੇਕਿਨ ਉਹ CRP ਉਨਕਾ ਖਰਚਾ 18, ਉਨਕਾ ਐਡਮਿਸ਼ਨ ਹੋ ਗਿਆ ਚੰਡੀਗੜ੍ਹ, ਹਮ ਉਧਰ ਹੀ ਸੈਟਲ ਹੋ ਰਹੇ ਹੈ, ਇਸਕੀ ਪੂਰੀ ਪੜ੍ਹਾਈ ਚੰਡੀਗੜ੍ਹ ਮੇਂ ਹੋਗੀ। CRPF ਦੇ ਵੱਲੋਂ ਇਹ ਕਦਮ ਲਿਆ ਗਿਆ, ਸਾਰੀ ਪੜ੍ਹਾਈ ਦਾ ਖਰਚਾ ਉਹ ਲੈ ਰਹੇ ਹਨ। ਹਾਂਜੀ CRPF ਵੱਲੋਂ ਲਾਇਆ ਗਿਆ। ਕਦੋਂ ਗੱਲ ਹੋਈ ਸੀ ਆਖਰੀ ਵਾਰ, ਜਿਸ ਦਿਨ ਇਹ ਅਟੈਕ ਹੁੰਦਾ ਉਸ ਤੋਂ ਪਹਿਲਾਂ ਤੁਹਾਡੀ ਕਦੋਂ ਗੱਲ ਹੋਈ ਸੀ? ਹਾਂਜੀ ਮੇਰੀ 14 ਤਰੀਕ ਨੂੰ 8 ਵਜੇ ਸਵੇਰੇ ਗੱਲ ਹੋਈ ਹੈ, ਮਤਲਬ ਜਾ ਰਹੇ ਸੀ ਅਤੇ ਮੈਂ ਇੰਨੇ ਫੋਨ ਕੀਆ ਤਾਂ ਬੋਲ ਰਹੇ ਗਾੜੀਓ ਕੀ ਆਵਾਜ਼ ਆ ਰਹੀ, ਅਤੇ ਮੈਨੇ ਪੁੱਛਿਆ ਮਤਲਬ ਕਿਆ ਕਹਾਂ ਜਾ ਰਹੇ ਹੋ, ਬੋਲੇ ਕਿ ਸ਼੍ਰੀਨਗਰ ਕੌਨਵਾਈ ਲੈ ਕੇ ਜਾ ਰਹੇ, ਤਾਂ ਮੈਨੇ ਉਸ ਪੁੱਛਿਆ ਵੀ ਕਿ ਆਪ ਮਤਲਬ ਕਭੀ ਨਹੀਂ ਗਏ ਹੈ ਤੋ ਅੱਜ ਕੈਸੇ, ਭਲਾ ਇਤਨਾ ਬੋਲ ਕੇ ਬੋਲੇ ਮੈਂ ਜਲਦੀ ਮੈਂ ਉੱਥੋਂ ਫੋਨ ਕਰ ਦਿਓ, ਉਸਕੇ ਬਾਅਦ ਮੇਰੇ ਕੋਲ ਪੂਰਾ ਦਿਨ ਫੋਨ ਨਹੀਂ ਆਇਆ। ਪਹਿਲਾਂ ਨਹੀਂ ਗਏ ਸੀ ਉਹ ਇਸ ਤਰ੍ਹਾਂ ਕੌਨਵੋਏ ਲੈ ਕੇ ਸ਼ਹੀਦ ਜੈਮਲ? ਹਾਂਜੀ ਸਰ, ਮਤਲਬ ਜੈਸੀ ਉਨਕਾ ਜੂਨ ਪਿਛਲੇ ਸਾਲ ਜੂਨ ਕੋ ਪੋਸਟਿੰਗ ਆਇਆ ਤਾਂ ਉਸਕੇ ਦੌਰਾਨ ਉਹ ਅੱਜ ਤੱਕ ਨਹੀਂ ਗਏ ਹੈ, ਕਿਉਂਕਿ ਉਨਕੋ ਹੌਲਦਾਰੀ ਕਾ ਜੈਸੇ ਚਾਰਜ ਦੇ ਦਿਆ ਥਾ ਤੋ ਉਸਕਾ ਹੀ ਕੰਮ ਥਾ, ਤੋ ਕਾਨਵਾਈ ਫਸਟ ਬਾਰ ਲੈ ਕੇ ਗਏ ਥੇ। ਅੱਜ ਦੱਸਿਆ ਵੀ ਗਿਆ ਕਿ ਕਿਸੇ ਹੋਰ ਦੀ ਡਿਊਟੀ ਲੱਗੀ ਸੀਗੀ, ਸ਼ਹੀਦ ਜੈਮਲ ਸਿੰਘ ਨੂੰ ਉਹਨਾਂ ਦੀ ਜਗ੍ਹਾ 'ਤੇ ਭੇਜਿਆ ਗਿਆ? ਹਾਂਜੀ ਹਾਂਜੀ, ਉਹਨਾਂ ਨੇ ਮੈਨੂੰ ਇਹ 13 ਤਰੀਕ ਨੂੰ ਖੁਦ ਬਤਾਇਆ ਥਾ ਕਿ ਐਸੇ ਐਸੇ ਮਤਲਬ ਕਿਸੀ ਔਰ ਭਾਈ ਸਾਹਿਬ ਨੇ ਜਾਣਾ ਥਾ, ਉਨਕੇ ਬੇਟੇ ਕਾ ਮੈਰਿਜ ਥਾ, ਤੋ ਉਹਨਾਂ ਨੇ ਬੋਲ ਦਿਆ ਕਿ ਜੈਸੇ ਪਹਿਲੇ ਵੀ ਰਾਸਤੇ ਬਲੋਕ ਤੇ, ਅਤੇ ਕਈ ਰਾਸਤਾ ਬਲੋਕ ਹੋ ਗਿਆ ਤਾਂ ਮੈਰਿਜ ਮੈਂ ਪ੍ਰੋਬਲਮ ਆਏਗੀ, ਅਤੇ ਇਹਨਾਂ ਨੇ ਬੋਲ ਦਿਆ ਕਿ ਚਲੋ ਜਾਂ ਸਰ ਮੈਂ ਚਲਾ ਜਾਤਾ, ਕੋਈ ਬਾਤ ਨਹੀਂ, ਇਹ ਉਨਕੀ ਜਗ੍ਹਾ ਵੀ ਇਹ ਖੁਦ ਗਏ, ਇਹ ਬਾਤ ਇਹਨਾਂ ਨੇ ਮੇਰੇ ਕੋਲ ਖੁਦ ਬਤਾਈ। ਬੇਟੇ ਨੂੰ ਲੈ ਕੇ ਕੀ ਗੱਲਾਂ ਕਰਦੇ ਹੁੰਦੇ ਸੀ, ਕਿਉਂਕਿ ਤੁਸੀਂ ਵੀ ਉਸ ਦਿਨ ਦੱਸ ਰਹੇ ਸੀ ਕਿ 16 ਸਾਲ ਬਾਅਦ ਬੇਟਾ ਹੋਇਆ ਸੀ? ਜੀ 16 ਸਾਲ ਬਾਅਦ ਹੋਇਆ, ਔਰ ਇਸਕੇ ਇਲਾਵਾ ਔਰ ਮਾਰਾ ਕੋਈ ਸੁਪਨਾ ਨਹੀਂ ਥਾ ਇਤਨਾ ਬੜਾ ਕਿ ਹਮਾਰੇ ਬੇਟੇ ਕੋਈ ਇਸੇ ਇਲਾਵਾ ਕੋਈ ਬੜਾ ਸੁਪਨਾ ਹੋ, ਤੋ ਹਮਾਰਾ ਪੂਰਾ ਹੋ ਗਿਆ, ਤਾਂ ਹਮ ਅਭੀ ਜ਼ਿੰਦਗੀ ਮੈਂ ਇੰਨੇ ਜ਼ਿਆਦਾ ਖੁਸ਼ ਤੇ, ਇੰਨੇ ਜ਼ਿਆਦਾ ਖੁਸ਼ ਤੇ, ਮਤਲਬ ਸੋਚਿਆ ਨਹੀਂ ਕਿ ਲਾਈਫ ਮੈਂ ਇੱਕਦਮ ਐਸੇ ਟਰਨ ਆਏ। ਜੇ ਵੱਡਾ ਹੋ ਕੇ ਬੇਟਾ ਕਵੇ ਕਿ ਫੌਜ 'ਚ ਜਾਣਾ ਹੈ, ਜਾਣ ਦਿਓਗੇ? ਇਹ ਬੋਲ ਨਹੀਂ ਪਾਊਂਗੀ, ਮਾਨ ਤੋ ਹੈ ਬਹੁਤ, ਲੇਕਿਨ ਜੋ ਖੋਇਆ ਜਾਤਾ ਉਹ ਵਾਪਸ ਨਹੀਂ ਆਤਾ, ਇਸ ਲਈ ਦਿਲ ਅੰਦਰ ਸੇ ਕਦੀ ਨਹੀਂ ਮਾਨੇਗਾ ਕਿ ਮੈਂ ਬੇਟੇ ਕੋ ਫੌਜ ਮੇਂ ਭੇਜੂ। ਔਰ ਜੈਸੇ ਮੈਨੇ ਬੇਟਾ ਲਿਆ, ਅਭੀ ਮੈਂ ਇਸਕੋ ਇੱਕ ਪਲ ਵੀ ਦੂਰ ਕਰਤੀ ਹੂੰ ਤੋ ਮੇਰੇ ਕੋ ਡਰ ਲੱਗਣੇ ਲੱਗਤਾ ਹੈ, ਮੈਂ ਕਹੀਂ ਨਹੀਂ ਦਿਖਤਾ ਸੋਚਦੀ, ਔਰ ਬਾਹਰ ਭੇਜਣੇ ਕੇ ਲਈ ਤੋ ਸੋਚ ਵੀ ਨਹੀਂ ਸਕਤੀ ਕਿ ਬੇਟੇ ਕੋ ਮੈਂ ਬਾਹਰ ਭੇਜੂ। ਛੋਟਾ ਹੈ ਪਰ ਪਿਤਾ ਦੀਆਂ ਗੱਲਾਂ ਕਰਦਾ ਹੈ, ਗੱਲਾਂ ਯਾਦ ਕਰਦਾ ਉਹਨਾਂ ਦੀਆਂ, ਕਿਉਂਕਿ ਅਸੀਂ ਵੀ ਇੱਕ ਦਿਨ ਉਸ ਦਿਨ ਇਹਦੇ ਨਾਲ ਬੈਠ ਕੇ ਗੱਲਬਾਤ ਕੀਤੀ ਹੈ, ਤਾਂ ਬਹੁਤ ਸਾਰੇ ਜ਼ਹਿਨ ਦੇ ਵਿੱਚ ਇਹਦੇ ਗੱਲਾਂ ਸੀਗੀਆਂ। ਸਰ ਅਭੀ ਤੋ ਥੋੜ੍ਹਾ ਡਰਾ ਹੋਇਆ, ਜੈਸੇ ਇਹਨਾਂ ਨੇ ਲਾਸਟ ਤਸਵੀਰ ਆਪਣੇ ਪਾਪਾ ਕਾ ਦੇਖ ਲਿਆ, ਤੋ ਕਭੀ ਦੇਖ ਲੈਤਾ ਤੋ ਫਿਰ ਇਹ ਡਰ ਜਾਤਾ, ਅਭੀ ਜੋ ਵੀ ਬਾਤੇਂ ਕਰਨੀ ਭੁੱਲ ਜਾਤਾ, ਅਭੀ ਕੋਈ ਬਾਤੇਂ ਨਹੀਂ, ਲਾਸਟ ਵਾਲੀ ਤਸਵੀਰ ਨਹੀਂ ਦੇਖ ਪਾ ਰਹੇ।
ਦਿਮਾਗ ਸੇ ਨਹੀਂ ਘਰ ਸੁਣ ਮੈਂ ਘਰ ਮੈਂ ਵੀ ਨਹੀਂ ਸੋ ਰਹਾ ਥਾ ਅਭੀ ਨਾਨੀ ਕੇ ਘਰ ਮੈਂ ਸੋ ਰਹਾ ਜਾ ਕੇ ਬੜੀ ਮੁਸ਼ਕਿਲ ਮੈਂ ਘਰ ਮੈਂ ਸਲਾ ਰਹੀ ਹੂੰ ਪਾਪਾ ਕੀ ਤਸਵੀਰ ਸੇ ਡਰ ਆਤਾ ਜੋ ਮੇਰੇ ਪਾਪਾ ਵੋ ਨਹੀਂ ਹੈ ਮਾਨ ਹੀ ਨਹੀਂ ਰਹਿ ਕੇ ਮੇਰੇ ਪਾਪਾ ਕੀ ਤਸਵੀਰ ਹੋ ਗਈ ਬੜੇ ਸਿਦਕੀ ਹੋ ਤੁਸੀਂ ਬੜੀ ਹਿੰਮਤ ਵਾਲੇ ਹੋ ਪਰ ਆਖਰੀ ਸਵਾਲ ਕਰ ਰਿਹਾ ਸ਼ਹਾਦਤ ਤੇ ਮਾਣ ਹੈ ਜੀ ਬਹੁਤ ਬੜਾ ਕਿਉਂਕਿ ਹਮੇਸ਼ਾ ਹੀ ਜਦ ਤੱਕ ਦੁਨੀਆ ਰਹੇਗੀ ਉਨਕੋ ਯਾਦ ਰੱਖਾ ਜਾਏਗਾ ਜਿੱਥੋਂ ਨੇ ਉਹਨਾਂ ਨੇ ਛਾਤ ਦਿੱਤੀ ਹੈ ਮਾਣ ਤੋਂ ਬਹੁਤ ਹੀ ਜ਼ਿਆਦਾ ਚਲੋ ਦੁੱਖ ਤੋਂ ਹੈ ਲੇਕਿਨ ਮਾਣ ਬਹੁਤ ਬੜਾ ਹੈ ਸਰਕਾਰਾਂ ਜੋ ਕਹਿ ਰਹੀਆਂ ਦੇਣ ਨਾ ਦੇਣ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੜਦਾ ਪਰਮਾਤਮਾ ਤੇ ਭਰੋਸਾ ਬਹੁਤ ਜ਼ਿਆਦਾ ਪੈਦਾ ਕੀਆ ਹੈ ਤਾਂ ਉਸਨੇ ਹੀ ਬੜਾਉਣਾ ਹੈ ਅੱਗੇ ਹਮ ਆਪਣੇ ਜੋ ਵੀ ਆਪਣੇ ਜੋਬ 'ਤੇ ਬਹੁਤ ਸੰਤੁਸ਼ਟ ਹੈ ਕੋਈ ਬੜੇ ਸੁਪਨੇ ਨਹੀਂ ਥੇ ਹਮਾਰੇ ਹਮ ਖੁਸ਼ ਥੇ ਬਹੁਤ ਖੁਸ਼ ਥੇ ਆਪਣੇ ਜੋਬ ਮੇਂ ਤੁਸੀਂ ਅੱਗੇ ਜ਼ਿੰਦਗੀ ਦੇ ਵਿੱਚ ਹੁਣ ਤੁਸੀਂ ਨੌਕਰੀ ਕਰ ਰਹੇ ਸੀ ਜਾਂ ਘਰ ਨਹੀਂ ਮੈਂ ਹਾਊਸ ਵਾਈਫ ਸੀ ਸ਼ਾਇਦ ਜ਼ਿੰਦਗੀ 'ਚ ਹੁਣ ਇਹ ਵੀ ਭਾਰ ਤੁਹਾਡੇ ਮੋਢਿਆਂ 'ਤੇ ਆ ਸਕਦਾ ਜੀ ਨਹੀਂ ਮੈਂ ਨਹੀਂ ਜੋਬ ਕਰਨਾ ਵੀ ਨਹੀਂ ਚਾਹੂੰਗੀ ਆਪਣੇ ਬੇਟੇ 'ਤੇ ਇੱਕ ਪਲ ਵੀ ਨਹੀਂ ਦੂਰ ਹੋਣਾ ਚਾਹੂੰਗੀ ਜਿਤਨਾ ਹੈ ਉਤਨੇ ਮੈਂ ਹਮ ਦੋਨੋਂ ਬਹੁਤ ਖੁਸ਼ ਰਹਾਂਗੇ ਬਹੁਤ ਧੰਨਵਾਦ ਪਰਿਵਾਰ ਦਾ ਸਿਦਕ ਹੈ ਪਰਿਵਾਰ ਸਿਰੜੀ ਪਰਿਵਾਰ ਹੈ ਗੁਰੂ ਘਰ ਨੂੰ ਮੰਨਣ ਵਾਲਾ ਪਰਿਵਾਰ ਹੈ ਤਾਂ ਗੁਰੂ ਨਾਨਕ ਦੇ ਘਰ ਦੀ ਵਡਿਆਈ ਹੈ ਕਿ ਗੁਰੂ ਨਾਨਕ ਤੁਹਾਨੂੰ ਆਪ ਹਿੰਮਤ ਦਿੰਦਾ ਹੈ ਜਦੋਂ ਤੁਸੀਂ ਯਕੀਨ ਕਰਦੇ ਹੋ ਇਹ ਜੋ ਗੱਲਾਂ ਕਹਿ ਰਹੇ ਨੇ ਇਹ ਗੁਰੂ ਘਰ ਦੇ ਵਿੱਚ ਖੜ੍ਹ ਕੇ ਉਹ ਕੀਤੀਆਂ ਗੱਲਾਂ ਜੋ ਇੱਕ ਪਤਨੀ ਆਪਣੇ ਵਿਛੜੇ ਹੋਏ ਪਤੀ ਨੂੰ ਯਾਦ ਤਾਂ ਕਰ ਰਹੀ ਹੈ ਪਰ ਉਹ ਕਹਿ ਰਹੀ ਹੈ ਕਿ ਮੈਨੂੰ ਸ਼ਹਾਦਤ 'ਤੇ ਵੀ ਮਾਣ ਹੈ ਔਰ ਜੋ ਹੈ ਉਹਨੇ 'ਚ ਮੈਨੂੰ ਬਹੁਤ ਹੈ ਮੈਨੂੰ ਨਹੀਂ ਬਹੁਤਾ ਚਾਹੀਦਾ ਇਹ ਇਸ ਸਿਦਕ ਨੂੰ ਸਲਾਮ ਹੈ ਇਸ ਪਰਿਵਾਰ ਨੂੰ ਸਲਾਮ ਹੈ ਸਜਦਾ ਹੈ ਸ਼ਹੀਦ ਜੈਮਲ ਸਿੰਘ ਦੀ ਸ਼ਹਾਦਤ ਨੂੰ ਜੋ ਦੇਸ਼ ਵਾਸਤੇ ਕੁਰਬਾਨ ਹੋ ਗਏ ਸਾਡੇ ਵਾਸਤੇ ਮਿਸਾਲ ਪੇਸ਼ ਕਰ ਗਏ ਕਿ ਜ਼ਿੰਦਗੀ ਐਸੀ ਹੁੰਦੀ ਹੈ ਪਰਿਵਾਰ ਐਸੇ ਹੁੰਦੇ ਨੇ ਸਿੱਖਣ ਨੂੰ ਬਹੁਤ ਕੁਛ ਇਸ ਪਰਿਵਾਰ ਤੋਂ ਮਿਲੂਗਾ ਜੇ ਕਦੇ ਮੋਗੇ ਵਾਲੇ ਪਾਸੇ ਆਓ ਲੰਘਦੇ ਹੋਵੋ ਤਾਂ ਕੋਟ ਈਸੇ ਖਾਂ ਇਸ ਪਰਿਵਾਰ ਨੂੰ ਜ਼ਰੂਰ ਮਿਲ ਕੇ ਜਾਓ ਕਿਉਂਕਿ ਇਹਨਾਂ ਨੂੰ ਸਲਾਮ ਕਰਨਾ ਹਰ ਇੱਕ ਭਾਰਤੀ ਦਾ ਫਰਜ਼ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਅਵਤਾਰ ਸਿੰਘ ਸਿਮਰਨਜੋਤ ਸਿੰਘ ਡੇਲੀ ਪੋਸਟ ਕੋਟ ਈਸੇ ਖਾਂ ਜੇ ਤੁਹਾਡੇ ਆਇਲਸ ਵਿੱਚ 6 ਈਚ ਬੈਂਡ ਅਤੇ ਤੁਹਾਡੇ ਕੋਲ ਹੈ ਕੈਨੇਡਾ ਵਿੱਚ ਸੈਟਲ ਹੋਣ ਦਾ ਸੁਨਹਿਰੀ ਮੌਕਾ SDS ਪ੍ਰਣਾਲੀ ਦੇ ਤਹਿਤ ਅਪਲਾਈ ਕਰਕੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਮਿਲੋ ਸਾਡੀ ਐਕਸਪਰਟ ਪਿਰਾਮਿਡ ਈ ਸਰਵਿਸਿਜ਼ ਦੀ ਟੀਮ ਨੂੰ ਜਿਹਨੂੰ 14 ਸਾਲ ਅਤੇ 25,000 ਐਪਲੀਕੇਸ਼ਨਸ ਦਾ ਤਜਰਬਾ ਹੈ